ਹੈਲੋ ਹਾਂਜੀ 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 ਵੀਰ ਜੀ ਹਾਂਜੀ ਸਰ ਜੀ ਸਾਨੂੰ ਐਮ ਆਰ ਆਈ ਇਹਨਾਂ ਦੇ ਭਰਾਵਾਂ ਨੇ ਬੜੀ ਸਪੋਰਟ ਦਿੱਤੀ ਸੀ ਤੇ ਹਾਂਜੀ ਗੱਲ ਬਾਤ ਤੇ ਮਦਦ ਕਾਹਦੀ ਕਰਨੀ ਆ ਇਹ ਵੀ ਤਾਂ ਸਾਨੂੰ ਦੱਸਿਓ। ਹਾਂਜੀ ਹਥਿਆਰਾਂ ਦੀ ਲੋੜ ਆ। ਹਥਿਆਰਾਂ ਦੀ ਲੋੜ ਜੀ? ਹਾਂਜੀ ਹਾਂਜੀ। ਕਿਹੜੇ ਹਥਿਆਰ? ਕੋਈ ਹੁਣ ਜਾਇਜ਼ ਹੁਣ ਜਾਇਜ਼ ਹੁਣ ਕੋਣ ਕੰਮ ਤੇ ਆਪਾਂ ਸ਼ੁਰੂ ਕਰਨਾ ਹੀ ਆ। ਅੱਛਾ ਜਾਇਜ਼ ਹੁਣ ਜਾਇਜ਼ ਹੁਣ ਨਹੀਂ ਪਤਾ ਲੱਗੇ ਨਾ ਵੀਰ ਜੀ ਕਿਹੜੇ ਹਥਿਆਰਾਂ ਦੀ ਗੱਲ ਕਰਦੇ ਕਿਦਾਂ ਮਤਲਬ ਤੁਸੀਂ ਲੈਣਾ ਚਾਹੁੰਦੇ ਜਾਂ ਵੇਚਣਾ ਚਾਹੁੰਦੇ ਜੀ? ਨਹੀਂ ਸਿਕਿਉਰਿਟੀ ਚਾਹੀਦੀ ਭਾਈ, ਹੁਣ ਨਵੇਂ ਨਵੇਂ ਬਣੇ ਆ ਤੇ ਸਾਨੂੰ ਸਿਕਿਉਰਿਟੀ ਨਹੀਂ ਮਿਲਣ ਦੀ। ਅੱਛਾ ਤੁਹਾਨੂੰ ਸਿਕਿਉਰਿਟੀ ਚਾਹੀਦੀ ਤੇ ਫਿਰ ਅਸੀਂ ਕੀ ਤੁਹਾਡੀ ਹੈਲਪ ਕਰ ਸਕਦੇ ਜੀ? ਮੈਨੂੰ ਦੱਸਿਆ ਵੀ ਤੁਹਾਡੇ ਵਾਵਾ ਹਥਿਆਰ ਤੂਰ ਹੈ ਜੀ ਤੁਹਾਡੇ ਕੋਲ। ਅੱਛਾ ਸਾਡੇ ਕੋਲ ਹਥਿਆਰ ਹੈਗੇ ਵੀਰ ਜੀ, ਤੁਹਾਨੂੰ ਕਿੰਨੇ ਦੱਸਤਾ ਸਾਡੇ ਕੋਲ ਹਥਿਆਰ ਆ ਭਾਜੀ? ਹੁਣ ਨਵੇਂ ਉੱਤੋਂ ਆਉਂਦੀਆਂ ਸਨ ਖਬਰਾਂ। ਅੱਛਾ ਤੁਹਾਨੂੰ ਉੱਤੋਂ ਆਈਆਂ ਜੇ ਖਬਰਾਂ ਮੇਨ? ਹਾਂਜੀ ਹਾਂਜੀ ਠੀਕ ਹੈ ਜੀ। ਤੁਸੀਂ ਫਿਰ ਵੀਰ ਜੀ ਅਸੀਂ ਫਿਰ ਆਈਏ ਮਿਲਣ ਤੇ ਹੋਰ ਕੋਈ ਦੱਸੋ ਹੈਲਪ, ਆ ਤੇ ਹੈਲਪ ਨਹੀਂ ਹੋਣੀ ਸਾਡੇ ਤੋਂ, ਕੋਈ ਹੋਰ ਦੱਸੋ ਫਿਰ ਪੈਸੇ ਦੇ ਦਿਓ। ਕੀ ਆ ਜੀ ਨਹੀਂ ਹਥਿਆਰ ਹੈ ਜੀ, ਮੈਨੂੰ ਪਤਾ ਲੱਗਿਆ ਹਥਿਆਰ ਹੈ ਜੀ ਤੁਹਾਡੇ ਕੋਲ। ਨਹੀਂ ਵੀਰ ਜੀ ਪੈਸੇ, ਚਲੋ ਪੈਸੇ ਹੋ ਸਕਦੇ ਤੁਸੀਂ ਦੱਸ ਦਿਓ ਫਿਰ ਕਿੰਨੇ ਕੁ ਪੈਸਿਆਂ ਨਾਲ ਹੋ ਜਾਏਗਾ ਤੁਹਾਡਾ ਮਸਲਾ ਹੱਲ? ਵੇਖੋ ਜੀ ਅਸੀਂ ਤੇ ਕਰੋੜ ਤੋਂ ਘੱਟ ਲੈਂਦੇ ਵੀਰ ਜੀ, ਏਡੇ ਸਾਡੇ ਕਿਹੜੇ ਟਰਾਲੇ ਚੱਲਣਦੇ ਕੈਨੇਡਾ ਚ ਭਾਜੀ। ਮੈਨੂੰ ਤੇ ਬੜੀ ਆਸ ਸੀ ਤੁਹਾਡੇ ਕੋਲ। ਸਾਡੇ ਕੋਲ ਤੁਹਾਡੀ, ਤੁਸੀਂ ਦੱਸਿਆ ਸਾਡੇ ਕੋਲ ਆਸ ਸੀ, ਸਾਨੂੰ ਵੀ ਦੱਸੋ ਨਾ ਭਾਜੀ ਸਾਡਾ ਨੰਬਰ ਕਿੰਨੇ ਦੇਤਾ ਤੁਹਾਨੂੰ ਭਾਜੀ? ਤੁਹਾਡਾ ਨੰਬਰ ਤੁਸੀਂ ਡਾਕਟਰ ਸਾਹਿਬ ਦੇ ਮੇਨ ਪੀਏ ਬੋਲਦੇ ਨਾ? ਹਾਂਜੀ ਹਾਂਜੀ ਡਾਕਟਰ ਸਾਹਿਬ ਦੇ। ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ, ਅਸੀਂ ਉਹਨਾਂ ਨਾਲ ਗੱਲ ਕਰਦੇ ਆ ਮੇਲ ਮਿਲ ਕੇ। ਨਹੀਂ ਤੂੰ ਐ ਕੋ ਦਫਤਰੇ ਆ ਜਾਓ। ਚਲੋ ਠੀਕ ਹੈ ਵੀਰ ਜੀ, ਦਫਤਰੇ ਆਉਂਦੇ ਤੁਹਾਡੇ ਕੋਲ। ਤੇ ਫਿਰ ਕਰੋੜ ਰੁਪਇਆ ਲੈ, ਸ਼ੁਭ ਨਾਮ ਕੀ ਹੈ? 1 ਕਰੋੜ ਲੈ ਹੋਗੇ ਉਹ ਵੀਰ ਜੀ? ਇੱਕ ਦੇ ਕੋਈ ਗੱਲ ਨਹੀਂ, ਜਿੰਨੇ ਹੋ ਸਕੇ ਨਹੀਂ ਵੱਧ ਤੋਂ ਵੱਧ ਕਰਾਂਗੇ ਕੋਸ਼ਿਸ਼। ਤੁਸੀਂ ਦਫਤਰ ਹੀ ਜੇ ਨਾ, ਚਲ ਐ ਕਰੋ 5 ਲੱਖ ਤੇ ਕੈਸ਼ ਲੈ ਕੇ ਆਏ ਹੋਏ ਆ, ਦਫਤਰ ਹੀ ਆ। ਚਲੋ ਠੀਕ ਹੈ ਵੀਰ ਜੀ, ਠੀਕ ਠੀਕ ਓਕੇ ਜੀ, ਦਫਤਰੇ ਆ ਜਾਓ ਤੇ ਬੈਠੇ। ਠੀਕ ਹੈ ਵੀਰ ਜੀ, ਓਕੇ।